ਤੇ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ। ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਜਟ ਪੇਸ਼ ਕੀਤਾ। ਇਸ ਦੌਰਾਨ ਉਹਨਾਂ ਕਈ ਵੱਡੇ ਐਲਾਨ ਕੀਤੇ ਨੇ। ਪੇਸ਼ ਹੈ ਇਸ ਬਾਰੇ ਸਾਡੀ ਖਾਸ ਰਿਪੋਰਟ। ਪੰਜਾਬ ਦਾ ਬਜਟ ਹੋਇਆ ਪੇਸ਼, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ। ਖੇਤੀ ਕਰਜ਼ ਮਾਫੀ ਲਈ ਰੱਖੇ ਗਏ 2000 ਕਰੋੜ। ਵਿਰੋਧੀਆਂ ਨੇ ਬਜਟ ਦੀ ਕੀਤੀ ਆਲੋਚਨਾ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦਾ 1,54,805 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਬਜਟ ਮੁਤਾਬਿਕ ਸਾਲ 2020 ਅਤੇ 21 ਸੂਬੇ ਦਾ ਕਰਜ਼ਾ 2,28,906 ਕਰੋੜ ਰੁਪਏ ਤੋਂ ਵੱਧ ਕੇ 2,48,236 ਕਰੋੜ ਰੁਪਏ ਹੋ ਜਾਏਗਾ। ਬਜਟ ਵਿੱਚ ਐਲਾਨ ਕੀਤਾ ਗਿਆ ਕਿ ਖੇਤੀ ਕਰਜ਼ਾ ਮਾਫ਼ ਕਰਨ ਲਈ 2000 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਨੇ। ਇਸ ਵਿੱਚੋਂ 520 ਕਰੋੜ ਰੁਪਏ ਬੇਜ਼ਮੀਨੇ ਅਤੇ ਹੋਰ ਖੇਤ ਕਾਮਿਆਂ ਲਈ ਰੱਖੇ ਜਾਣਗੇ। ਰਾਖਵੇਂ ਰੱਖੇ ਜਾਣਗੇ। ਅਸੀਂ ਵੀਕਰ ਸੈਕਸ਼ਨਸ, ਕਿਸਾਨ, ਡੈਟ ਵੇਵਰ ਇਜ਼ ਸਟਿਲ ਇਨ ਪ੍ਰੋਗਰੈਸ, ਔਰ ਮੈਂ ਕਿਹਾ ਕਿ ਲੈਂਡਲੈਸ ਲੇਬਰ ਜਿਹੜੀ ਹੈ, ਕਿਉਂਕਿ ਪੰਜਾਬ 'ਚ ਕਾਫੀ ਵੱਡਾ ਤਬਕਾ ਹੈ ਜਿਹੜਾ ਖੁਦ ਤਾਂ ਜ਼ਮੀਨ ਦਾ ਮਾਲਕ ਨਹੀਂ ਹੈ, ਬਟ ਉਹ ਠੇਕੇ ਤੇ ਵਗੈਰਾ ਲੈ ਕੇ, ਲੀਜ਼ ਤੇ ਲੈ ਕੇ ਜ਼ਮੀਨ ਉਹ ਖੇਤੀ ਕਰਦਾ। ਸੋ ਵੀ ਫੈਲਟ ਕਿ ਇਹ ਜ਼ਰੂਰੀ ਸੀ ਕਿ ਜਿੱਥੇ ਤੁਸੀਂ ਟੋਟਲ ਲੈਂਡ ਓਨਰਸ ਦਾ ਤੁਸੀਂ ਯੂਨੋ ਹੂ ਆਰ ਐਕਚੁਲੀ ਪੀਪਲ ਹੂ ਹੈਵ ਯੂਨੋ ਐਟਲੀਸਟ ਉਹਨਾਂ ਦੇ ਨਾਂ ਜ਼ਮੀਨ ਤਾਂ ਹੈਗੀ, ਬਟ ਲੈਂਡਲੈਸ ਲੇਬਰ ਜਿਹੜਾ ਉਹਦਾ ਵੀ ਕੁਛ ਨਾ ਕੁਛ। ਸੋ ਵੀ ਅਸੀਂ ਜਿਹੜਾ 520 ਇਸ ਕਰਕੇ ਰੱਖਿਆ ਕਿ ਦੈਟ ਵੁੱਡ ਬੀ ਆਲਮੋਸਟ ਕਵਰਿੰਗ ਦਾ ਇੰਟਾਇਰ ਟਿਊਬਵੈਲਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਾਉਣ ਲਈ 8,275 ਕਰੋੜ ਰੁਪਏ ਰੱਖੇ ਨੇ। ਇੰਜ ਇਕੱਲੇ ਸਸਤੇ ਤੇ ਮੁਫ਼ਤ ਬਿਜਲੀ ਖੇਤਰ ਲਈ ਸਰਕਾਰ ਨੇ ਐਤਕੀ ਦੇ ਬਜਟ ਵਿੱਚ 10,542 ਕਰੋੜ ਰੁਪਏ ਰੱਖੇ ਨੇ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਫੀਸ 4 ਤੋਂ ਘਟਾ ਕੇ 1% ਕਰ ਦਿੱਤੀ ਗਈ ਹੈ। ਕਿ ਮੰਡੀ ਬੋਰਡ ਦੇ ਟੈਕਸਾਂ 'ਚ ਵੀ ਕਮੀ ਕੀਤੀ ਹੈ, ਕਿਉਂਕਿ ਸਾਰਾ ਕੰਮ ਕੱਚੇ 'ਚ ਹੋ ਰਿਹਾ ਸੀ, 4% ਕੋਈ ਦਿੰਦਾ ਨਹੀਂ ਸੀ, 1% ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਏਗਾ, ਐਂਡ ਆਈ ਐਮ ਸ਼ੋਰ ਦੇ ਵਿਲ ਬੀ ਨੋ ਰੈਵਨਿਊ ਲਾਸ। ਉਹਨਾਂ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਹੁਣ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਜਾਏਗੀ। ਇਸ ਦੇ ਨਾਲ ਹੀ ਉਹਨਾਂ ਮੁਲਾਜ਼ਮਾਂ ਨੂੰ 6% ਮਹਿੰਗਾਈ ਭੱਤੇ ਦੀ ਕਿਸ਼ਤ 1 ਮਾਰਚ 2020 ਤੋਂ ਦੇਣ ਦਾ ਵੀ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਨਵੇਂ ਸਾਲ ਦਾ ਬਜਟ ਐਲਾਨ ਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਮੋਹਾਲੀ ਵਿੱਚ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਲਈ 157 ਕਰੋੜ ਰੁਪਏ ਰੱਖੇ ਗਏ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਮਾਰਟਫੋਨ ਮੁਹੱਈਆ ਕਰਾਉਣ ਲਈ 100 ਕਰੋੜ ਰੁਪਏ ਰੱਖੇ ਗਏ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਦੀ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਮੋਬਾਈਲ ਫੋਨ ਯੋਜਨਾ ਦੇ ਤਹਿਤ 10 ਲੱਖ ਸਮਾਰਟਫੋਨ ਵੰਡਣ ਦਾ ਵਾਅਦਾ ਕੀਤਾ ਗਿਆ। ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਿਟੀ ਸਕੈਨ, ਅਲਟਰਾਸਾਊਂਡ ਮਸ਼ੀਨਾਂ, MRI ਅਤੇ ਕੈਥ ਲੈਬਸ PPP ਮੋਡ ਅਧੀਨ ਹੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ 14 ਕਰੋੜ ਰੁਪਏ ਦੀ ਮੁੱਢਲੀ ਲਾਗਤ ਨਾਲ ਗੁਰਦਾਸਪੁਰ ਤੇ ਬਲਾਚੌਰ ਵਿੱਚ 2 ਨਵੇਂ ਖੇਤੀਬਾੜੀ ਕਾਲਜ ਖੋਲੇ ਜਾਣਗੇ। ਪੰਜਾਬ ਸਰਕਾਰ 62 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਦੇ ਪਿੰਡ ਸੱਪਾ ਵਾਲੇ ਵਿੱਚ ਗੁਰੂ ਅਮਰਦਾਸ ਵੈਟਨਰੀ ਐਂਡ ਸਾਇੰਸ ਯੂਨੀਵਰਸਿਟੀ ਦਾ ਇੱਕ ਵੈਟਨਰੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਸਥਾਪਿਤ ਕਰੇਗੀ। ਇਸ ਤੋਂ ਇਲਾਵਾ ਸਰਕਾਰ ਸੂਬੇ ਵਿੱਚ 25 ਹੋਰ ਓਟ ਕਲੀਨਿਕ ਸਥਾਪਿਤ ਕਰੇਗੀ। ਇਸ ਤੋਂ ਇਲਾਵਾ ਪੰਜਾਬ ਵਿੱਚ 193 ਅਜਿਹੇ ਕਲੀਨਿੰਗ ਚੱਲ ਰਹੇ ਨੇ। ਉਧਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਇਸ ਬਜਟ ਨੂੰ ਲੈ ਕੇ ਕੀ ਰਾਏ ਦਿੱਤੀ ਹੈ, ਤੁਸੀਂ ਵੀ ਸੁਣੋ। ਦੇਖੋ, ਜੇ ਹਰੇਕ ਸਾਲ 25,000 ਕਰੋੜ ਰੁਪਏ ਦਾ ਕਰਜ਼ਾ ਵਧੂਗਾ ਪੰਜਾਬ ਸਰਕਾਰ 'ਤੇ, ਜੇ ਹਰੇਕ ਸਾਲ ਜਿਹੜੀ ਹੈ ਸਰਕਾਰ 25,000 ਕਰੋੜ ਲੈ ਪੈ ਕੇ ਕਰੋੜ ਰੁਪਇਆ ਕਰਜ਼ਾ ਲੈ ਕੇ ਸਰਕਾਰ ਚਲਾਊਗੀ, ਤਾਂ ਉਹਦੀ ਸਲਾਹਨਾ ਕਿਵੇਂ ਕੀਤੀ ਜਾ ਸਕਦੀ ਆ? ਲਗਾਤਾਰ ਪੰਜਾਬ ਸਰਕਾਰ 'ਤੇ ਕਰਜ਼ਾ ਚੜ ਰਿਹਾ ਹੈਗਾ। ਇਹ ਜਿਹੜੀਆਂ ਸਕੀਮਾਂ ਜਾਰੀ ਕਰਦੇ ਨੇ, ਕਿਤੇ 5,000 ਕਰੋੜ ਦੀਆਂ, ਕਿਤੇ 5 ਕਰੋੜ ਦੀਆਂ, ਕਿਤੇ 10 ਕਰੋੜ ਦੀਆਂ, ਸਕੂਲਾਂ ਨੂੰ ਕੀ ਦਿੱਤਾ, ਕਿਤੇ 5 ਕਰੋੜ ਦਿੱਤਾ, 10 ਕਰੋੜ ਦਿੱਤਾ। ਸੋ ਉਹਦੇ ਨਾਲ ਪੰਜਾਬ ਦਾ, ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਨਹੀਂ ਸੁਧਰ ਸਕਦਾ। ਸੋ ਬਜਟ ਕਿੰਨਾ ਗਾ ਐਜੂਕੇਸ਼ਨ ਦਾ? 8%, ਜਦਕਿ ਮੈਂ ਸਮਝ ਦਿੱਲੀ ਸਰਕਾਰ ਆ ਸਾਡੀ, ਆਮ ਆਦਮੀ ਪਾਰਟੀ ਦੀ, ਉੱਥੇ 26% ਬਜਟ ਆ। ਸੋ ਮੇਰਾ ਮੰਨਣਾ ਕਿ ਕੋਈ ਰੋਡ ਮੈਪ ਨਹੀਂ ਪੰਜਾਬ ਸਰਕਾਰ ਕੋਲ, ਕੋਈ ਰੋਡ ਮੈਪ ਨਹੀਂ ਕੈਪਟਨ ਸਾਹਿਬ ਕੋਲ, ਕੋਈ ਰੋਡ ਮੈਪ ਨਹੀਂ ਕਾਂਗਰਸ ਪਾਰਟੀ ਕੋਲ, ਸਿਰਫ ਇਹਨਾਂ ਕੋਲ ਰੋਡ ਮੈਪ ਕੀ ਆ ਕਿ ਮਾਫੀਆ ਰਾਜ,
ਤੁਸੀਂ ਦੇਖੋ ਅੱਜ ਉਸੇ ਤਰ੍ਹਾਂ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਲਿਕਰ ਮਾਫੀਆ, ਡਰੱਗ ਮਾਫੀਆ, ਸਾਰੇ ਮਾਫੀਆ ਉਸੇ ਤਰ੍ਹਾਂ ਪੰਜਾਬ ਨੂੰ ਲੁੱਟ ਰਹੇ ਨੇ ਔਰ ਪੰਜਾਬ 'ਤੇ ਕਰਜ਼ਾ ਚੜ੍ਹੀ ਜਾ ਰਿਹਾ। ਕਾਂਗਰਸੀ ਜਿਹੜੇ ਹੈਗੇ ਨੇਗੇ, ਜਿਹੜੇ ਖਾਸ ਤੌਰ 'ਤੇ ਮਿਨਿਸਟਰ ਜਿਹੜੇ ਹੈਗੇ ਨੇਗੇ, ਇਹਨਾਂ ਦੇ MLA ਸਾਹਿਬਾਨ ਨੇ, ਉਹ ਮਾਲਾਮਾਲ ਹੋਈ ਜਾ ਰਹੇ, ਉਹਨਾਂ ਦੀ ਪ੍ਰੋਪਰਟੀ ਵਧੀ ਜਾ ਰਹੀ ਹੈ, ਪਰ ਲੇਕਿਨ ਦੂਜੇ ਪਾਸੇ ਜਿਹੜੀ ਆ ਪੰਜਾਬ ਸਰਕਾਰ 'ਤੇ ਕਰਜ਼ਾ ਚੜ੍ਹਿਆ ਜਾ ਰਿਹਾ ਹੈਗਾ। ਇਸ ਬਜਟ ਨੇ ਹਰੇਕ ਵਰਗ ਨੂੰ ਨਿਰਾਸ਼ ਕੀਤਾ, ਚਾਹੇ ਪੰਜਾਬ ਦਾ ਕਿਸਾਨ ਆ, ਚਾਹੇ ਨੌਜਵਾਨ ਆ, ਚਾਹੇ ਦਲਿਤ ਆ, ਚਾਹੇ ਮਜ਼ਦੂਰ ਆ, ਚਾਹੇ ਆਪਣਾ ਵਪਾਰੀ ਆ, ਚਾਹੇ ਮੁਲਾਜ਼ਮ ਆ, ਹਰ ਇੱਕ ਵਰਗ ਨੂੰ ਇਸ ਬਾਰੇ ਜਿਹੜਾ ਬਜਟ ਆ ਨਿਰਾਸ਼ ਕੀਤਾ ਗਾ। ਕਾਂਗਰਸੀ ਮੰਤਰੀਆਂ ਨੇ ਬਜਟ ਦੀ ਰਚ ਕੇ ਤਾਰੀਫ ਕੀਤੀ ਹੈ। ਕੈਬਨਿਟ ਮੰਤਰੀ ਬਲਬੀਰ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਬਜਟ ਨੂੰ ਖੁਸ਼ਨੁਮਾ ਬਜਟ ਕਰਾ ਦਿੱਤਾ। 14 ਸਾਲ MLA ਬਣੇ ਨੂੰ ਹੋ ਗਏ, ਪਹਿਲੀ ਵਾਰ ਮੈਂ ਇੱਕ ਖੁਸ਼ਨੁਮਾ ਜਿਹੜਾ ਬਜਟ ਹੈ ਉਹ ਅੱਜ ਦੇਖਿਆ, ਔਰ ਜਿਸ ਬਜਟ ਦੇ ਵਿੱਚ ਹਰ ਵਰਗ ਨੂੰ ਪ੍ਰੋਪਰ ਉਹਦਾ ਸ਼ੇਅਰ ਬਣਦਾ ਸੀਗਾ, ਜੋ ਡਿਜ਼ਰਵ ਕਰਦਾ ਸੀਗਾ ਉਹ ਦਿੱਤਾ ਗਿਆ, ਔਰ ਖਾਸ ਕਰਕੇ ਜਿਹੜੇ ਜ਼ਰੂਰਤਮੰਦ ਲੋਕ ਸੀ ਉਹਨਾਂ ਦੀ ਗੱਲ ਇਸ ਬਜਟ ਦੇ ਵਿੱਚ ਬਹੁਤ ਵੱਡਾ। ਹਾਲੇ ਤੱਕ ਇਹੋ ਜਿਹਾ ਕਿਤੇ ਵਧੀਆ ਬਜਟ ਨਹੀਂ ਵੇਖਿਆ। ਇਸ ਬਜਟ 'ਚ ਹਰੇਕ ਵਰਗ ਨੂੰ ਲੈ ਕੇ ਬਜਟ ਦੇ ਵਿੱਚ ਹਿੱਸਾ ਪਾਇਆ, ਔਰ ਬਹੁਤ ਖੁਸ਼ੀਆਂ ਵਾਲਾ ਬਜਟ ਹੈ। ਕੱਲ੍ਹ ਨੂੰ ਜਦੋਂ ਵੀ ਅੱਜ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਸ ਬਜਟ ਦਾ ਚਾਨਣ ਹੋਊਗਾ, ਉਹ ਵਾਕਈ ਇਸ ਗੱਲ ਨੂੰ ਕਹਿਣਗੇ ਵੀ ਕਾਂਗਰਸ ਪਾਰਟੀ ਨੇ ਬਹੁਤ ਅੱਛਾ ਅਤੇ ਵਧੀਆ ਵਿੱਚ ਗਰੀਬ ਨੂੰ, ਦੁਕਾਨਦਾਰ ਨੂੰ, ਸਭ ਨੂੰ ਵਿੱਚ ਲਿਆ, ਸਹੂਲਤ ਦਿੱਤੀ ਗਈ ਹੈ। ਇਹ ਬਹੁਤ ਸ਼ਲਾਘਾਯੋਗ ਆਪਣਾ ਬਜਟ ਹੈ। ਮੈਂ ਸਾਡੇ FM ਸਾਹਿਬ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿੰਦਾ। ਕਾਬਲੇ ਗੌਰ ਹੈ ਕਿ ਆਮ ਲੋਕ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਆਸਾ ਨਾਲ ਉਡੀਕ ਰਹੇ ਸਨ, ਪਰ ਉਹਨਾਂ ਦੀ ਉਮੀਦ ਨੂੰ ਬਹੁਤਾ ਬੂਰ ਨਹੀਂ ਪਿਆ। ਚੰਡੀਗੜ੍ਹ ਤੋਂ ਹਰਦੀਪ ਵਿਰਕ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।